ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਬਟਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ, ਇੱਕ ਬਹੁਤ ਜਿਹੜੀ ਵਧੀਆ ਅਤੇ ਬਹੁਤ ਚੰਗੀ ਨੌਲੇਜੇਬਲ ਜਿਹੜੀ ਆਪਾਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਜ਼ਰੂਰ ਧਿਆਨ ਨਾਲ ਦੋਸਤੋ ਜਿਹੜੀ ਵੀਡੀਓ ਵੇਖਿਓ, ਸਕਿੱਪ ਨਾ ਕਰਿਓ, ਕਿਉਂਕਿ ਇਹਦੇ ਵਿੱਚ ਜਿਹੜੀ ਜਾਣਕਾਰੀ ਹੈ ਬਹੁਤ ਵੀਰਾਂ ਦਾ ਫਾਇਦਾ ਕਰ ਸਕਦੀ ਆ। ਸੋ ਕਈ ਮੇਰੇ ਵੀਰ ਆ ਜਿਹੜੇ ਵਪਾਰ ਦੀ ਲਾਈਨ ਦੇ ਵੀਰ ਨੇ, ਚਾਹੇ ਵੈਸੇ ਵੀ ਬਹੁਤ ਸੂਝਵਾਨ ਵੀਰ ਨੇ, ਉਹਨਾਂ ਨੂੰ ਜ਼ਿਆਦਾਤਰ ਪਤਾ ਵੀ ਹੋਵੇਗਾ। ਬਾਕੀ ਜਿਨ੍ਹਾਂ ਨੂੰ ਪਤਾ, ਹੋਰਾਂ ਵੀਰਾਂ ਨਾਲ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਇਹ ਵੀਡੀਓ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਵੀ ਅੱਗੇ ਤੁਸੀਂ ਸ਼ੇਅਰ ਕਰ ਸਕਦੇ ਹੋ। ਸੋ ਦੋਸਤੋ, ਗੱਲ ਕਰਦੇ ਹਾਂ ਤਾਜ਼ੇ ਪਸ਼ੂ ਸੂਏ ਦੇ ਬਾਰੇ। ਕੀ ਹੁੰਦਾ ਹੈ ਵੀ ਜਦੋਂ ਪਸ਼ੂ ਕੋਈ ਤਾਜ਼ਾ ਸੁੰਦਾ, ਅਤੇ ਵਪਾਰੀ ਵੀਰ ਨੇ ਜਿਹੜੇ ਮੇਰੇ ਵੀਰ ਕੋਈ ਖਰੀਦਦਾਰ ਹੈ, ਉਹ ਜ਼ਿਆਦਾਤਰ ਵਪਾਰੀਆਂ ਦੇ ਕੋਲ ਹੀ ਜਾਂਦਾ। ਸੋ ਕਿਤੋਂ ਵੀ ਤੁਸੀਂ ਪਸ਼ੂ ਲੈ ਰਹੇ ਹੋ, ਇੱਕ ਜਿਹੜੀ ਗੱਲ ਯਾਦ ਰੱਖਿਆ ਕਰੋ ਵੀ ਪਸ਼ੂ ਜਿਹੜਾ ਕਿੰਨੇ ਦਿਨ ਦਾ ਸੋਇਆ ਹੈ। ਵਪਾਰੀ ਵੱਲੋਂ ਦੱਸਿਆ ਜਾਂਦਾ ਹੈ ਵੀ ਪਸ਼ੂ 8 ਦਿਨਾਂ ਦਾ ਜਾਂ ਹਫ਼ਤੇ ਦਾ ਸੋਇਆ ਜਾਂ 12 ਦਿਨ ਦਾ ਸੋਇਆ। ਤੁਸੀਂ ਜੱਜਮੈਂਟ ਖੁਦ ਕਰ ਸਕਦੇ ਹੋ ਬੜੇ ਵਧੀਆ ਚੰਗੇ ਤਰੀਕੇ ਦੇ ਨਾਲ। ਉਹ ਦੋਸਤੋ ਤਰੀਕਾ ਕੀ ਹੈਗਾ, ਕਿਤੇ ਨਾ ਕਿਤੇ ਵਪਾਰੀ ਵੀਰ ਠੱਗਦੇ ਵੀ ਹੈਗੇ ਆ, ਅਤੇ ਤੁਸੀਂ ਠੱਗੀ ਦਾ ਸ਼ਿਕਾਰ ਵੀ ਬਣ ਜਾਂਦੇ ਹੋ। ਉਹ ਇਸ ਤਰ੍ਹਾਂ ਹੁੰਦਾ ਹੈ ਵੀ ਜਦੋਂ ਪਸ਼ੂ ਕੋਈ 10 ਦਿਨਾਂ ਦਾ ਸੋਇਆ ਜਾਂ 25 ਦਿਨ ਦਾ ਸੋਇਆ, ਉਹਨੂੰ 10 ਦਿਨਾਂ ਦੇ ਵਿੱਚ ਗਿਣਾ ਦਿੰਦੇ ਆ। ਸੋ ਜਿਹੜਾ 10 ਦਿਨ ਦਾ ਸੋਇਆ ਪਸ਼ੂ, ਉਹਨੂੰ 2-3-4 ਦਿਨ ਦੇ ਵਿੱਚ ਗਿਣਾ ਦਿੰਦੇ ਆ। ਸੋ ਉਹਨਾਂ ਦਾ ਜਿਹੜਾ ਦੋਸਤੋ ਦਿਨਾਂ ਦਾ ਜਿਹੜਾ ਹੇਰ ਫੇਰ ਆ, ਉਹ ਚੱਲਦਾ ਰਹਿੰਦਾ ਹੈ। ਸੋ ਆਪਾਂ ਗੱਲ ਵੱਲ ਆ ਜਾਂਦੇ ਹਾਂ ਮੁੜ ਕੇ ਦੋਸਤੋ, ਤੁਸੀਂ ਜਿਹੜੀ ਆ ਪ੍ਰੋਪਰ ਕਿੱਦਾਂ ਨਿਰਖ ਪਰਖ ਕਰ ਸਕਦੇ ਹੋ। ਜਦੋਂ ਦੋਸਤੋ ਪਸ਼ੂ ਕੋਈ ਮੱਝ ਆ ਚਾਹੇ ਗਾਂ ਹੈ, ਜਦੋਂ ਪਸ਼ੂ ਤਾਜ਼ਾ ਸੋਇਆ ਹੁੰਦਾ ਹੈ, ਉਸਦੇ ਜਿਹੜੇ ਬੱਚੇ ਦੇ ਆ ਮੂੰਹ ਪੁੱਟ ਕੇ ਤੁਸੀਂ ਵੇਖ ਸਕਦੇ ਹੋ, 2 ਦੰਦ ਹੁੰਦੇ ਆ ਉਹਨਾਂ ਦੀ ਜਿਹੜੀ ਦੋਸਤੋ ਟਾਈਮ ਆ ਉਹ 15 ਦਿਨ ਤੱਕ 2 ਦੰਦ ਰਹਿੰਦੇ ਆ। ਜੇਕਰ 2 ਦੰਦ ਹੋਣ ਮੂੰਹ ਦੇ ਵਿੱਚ, ਤਾਂ ਤੁਸੀਂ ਪਸ਼ੂ ਦੀ ਪਛਾਣ ਕਰ ਸਕਦੇ ਹੋ ਵੀ 15 ਦਿਨ ਹੋ ਗਏ ਹਨ ਇਸ ਮੱਝ ਜਾਂ ਗਾਂ ਨੂੰ ਸੂਈ ਹੋਈ ਨੂੰ। ਬੱਚੇ ਤੋਂ ਤੁਸੀਂ ਬਿਲਕੁਲ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ 2 ਦੰਦ ਤੋਂ। 15 ਦਿਨ ਤੋਂ ਬਾਅਦ ਦੋਸਤੋ ਜਿਹੜੀ ਉਹਨਾਂ ਦੀ ਗਿਣਤੀ 4 ਹੋ ਜਾਂਦੀ ਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ 15, 17, 18, 19, 20, 21 ਦਿਨ ਹੋ ਗਏ ਹਨ ਮੱਝ ਜਾਂ ਗਾਂ ਸੂਈ ਨੂੰ। 21 ਦਿਨ ਤੋਂ ਬਾਅਦ ਦੋਸਤੋ ਉਹਨਾਂ ਦੀ ਜਿਹੜੀ ਗਿਣਤੀ ਆ 6 ਹੋ ਜਾਂਦੀ ਆ। 21 ਦਿਨ ਤੋਂ ਬਾਅਦ 6 ਹੋਣ ਦੀ ਗਿਣਤੀ 6 ਹੋ ਜਾਂਦੀ ਦੋਸਤੋ, ਅਤੇ ਉਹ ਤਕਰੀਬਨ 9 ਦਿਨ 6 ਦੀ ਗਿਣਤੀ ਰਹਿੰਦੀ ਆ, ਤਕਰੀਬਨ 28-29 ਦਿਨ ਤੱਕ। ਉਸ ਤੋਂ ਬਾਅਦ ਦੋਸਤੋ 1 ਮਹੀਨੇ ਦੇ ਜਦੋਂ ਮੱਝ ਦਾ ਸੂਆ ਹੋ ਜਾਂਦਾ, ਬੱਚੇ ਦੇ ਜਿਹੜੇ ਪ੍ਰੋਪਰ ਜਿਹੜੇ ਮਿਲਕ ਟੀਥ ਆ ਦੋਸਤੋ, ਦੁੱਧ ਵਾਲੇ ਦੰਦ ਆ, 8 ਕੰਪਲੀਟ ਹੋ ਜਾਂਦੇ ਨੇ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਵੇਖ ਸਕਦੇ ਹੋ ਬੱਚੇ ਦਾ ਮੂੰਹ ਫੜ ਕੇ, ਮੂੰਹ ਪੁੱਟ ਕੇ ਵੇਖ ਸਕਦੇ ਹੋ ਦੰਦਾਂ ਦੀ ਗਿਣਤੀ। ਜੇਕਰ 8 ਆ ਮਿਲਕ ਦੰਦ ਦੋਸਤੋ, ਜਿਹੜੇ ਮਿਲਕ ਟੀਥ ਆ, ਜੇਕਰ 8 ਦੰਦ ਨੇ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਬਿਲਕੁਲ ਮਹੀਨੇ ਦਾ ਜਿਹੜਾ ਮੱਝ ਦਾ ਜਾਂ ਗਾਂ ਦਾ ਸੂਆ ਹੋ ਗਿਆ ਸੂਈ ਨੂੰ। ਇਸ ਦੇ ਕਾਰਨ ਦੋਸਤੋ ਵੀ ਤੁਸੀਂ ਕੋਈ ਠੱਗੀ ਦਾ ਸ਼ਿਕਾਰ ਨਹੀਂ ਹੋਵੋਗੇ। 25 ਦਿਨ ਦੀ ਮੱਝ ਤੁਹਾਨੂੰ ਕੋਈ 8 ਦਿਨ ਦੇ ਵਿੱਚ ਹਫ਼ਤੇ 'ਚ ਗਿਣਾ ਦੇ, ਇਸ ਤਰ੍ਹਾਂ ਹੋ ਨਹੀਂ ਸਕਦਾ ਗਾ। ਤੁਸੀਂ ਬਹੁਤ ਅਵੇਅਰ ਹੋ ਜਾਵੋਗੇ। ਆਪਣੀ ਵੀਡੀਓ ਦਾ ਮਕਸਦ ਇਹੋ ਸੀ ਵੀ ਬਹੁਤ ਆਪਣੇ ਕਿਸਾਨ ਭਰਾਵਾਂ ਨੂੰ ਜਿਹੜਾ ਹਜੇ ਤੱਕ ਨਹੀਂ ਪਤਾ ਗਾ, ਸੋ ਅੱਗੇ ਵੀ ਜਿਹੜੀ ਜਾਣਕਾਰੀ ਆ ਦੋਸਤੋ ਉਹ ਆਪਾਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਤੱਕ। ਉਹਨਾਂ ਦੇ ਵਿੱਚ ਦੋਸਤੋ ਜਿਹੜੀ ਆਪਾਂ ਪਸ਼ੂਆਂ ਦੀ ਝੋਟੀਆਂ ਦੀ ਜਿਹੜੀ ਜੱਜਮੈਂਟ ਕਿਵੇਂ ਕਰ ਸਕਦੇ ਹਾਂ, ਏਜ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਸਹੀ ਏਜ ਦੇ ਹਿਸਾਬ ਨਾਲ ਕਿਨਵਾਂ ਸੂਆ ਹੋਣਾ ਚਾਹੀਦਾ ਮੱਝ ਦਾ ਝੋਟੀ ਦਾ, ਉਹ ਆਪਾਂ ਅੱਗੇ ਜਿਹੜੀ ਨੈਕਸਟ ਅੱਗੇ ਵੀਡੀਓ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਆਪਾਂ ਪ੍ਰੋਪਰ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੀ ਫੁੱਲ ਡਿਟੇਲ ਆ। ਫਿਲਹਾਲ ਦੋਸਤੋ ਜਿਹੜਾ ਅੱਜ ਦਾ ਮੇਰਾ ਮਕਸਦ ਸੀਗਾ ਵੀ ਜਿਹੜੀ ਤਾਜ਼ਾ ਪਸ਼ੂ ਸੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਹੇਰ ਫੇਰ ਹੋ ਰਿਹਾ। ਇੱਕ ਵਾਰੀ ਫਿਰ ਮੈਂ ਰਿਪੀਟ ਕਰ ਦਿੰਦਾ ਵੀ ਜਦੋਂ ਤੁਸੀਂ ਪਸ਼ੂ ਲੈਣ ਜਾਂਦੇ ਹੋ ਦੋਸਤੋ, ਉਹਦੇ ਵਿੱਚ ਕੀ ਹੁੰਦਾ ਵੀ ਜੇਕਰ ਪਸ਼ੂ 15-20 ਦਿਨ ਦਾ ਸੋਇਆ, ਤੁਹਾਨੂੰ 6-7 ਦਿਨ ਦਾ ਕਹਿ ਕੇ ਪਸ਼ੂ ਸੇਲ ਕਰ ਦਿੱਤਾ ਜਾਂਦਾ।
ਬਾਅਦ ਵਿੱਚ ਤੁਹਾਨੂੰ ਇਹ ਵੀ ਕਹਿ ਦਿੱਤਾ ਜਾਂਦਾ ਵੀ ਇਹ ਪਸ਼ੂ ਅੱਗੇ 15 ਤੋਂ 20 ਦਿਨ ਤੱਕ ਪੀਕ ਲੈਵਲ 'ਤੇ ਜਾਵੇਗਾ ਅਤੇ ਮਿਲਕ ਹੋਰ ਵੱਧ ਜਾਵੇਗਾ। ਸੋ ਦੋਸਤੋ, ਇਹ ਗੱਲਾਂ ਬਾਤਾਂ ਦੇ ਝਾਂਸੇ 'ਚ ਨਾ ਆਇਆ ਕਰੋ, ਆਪਣੀ ਤਸੱਲੀ ਆ, ਆਪਦੀ ਪਰਖਾ ਬਿਲਕੁਲ ਸੁਚੱਜੇ ਢੰਗ ਨਾਲ ਕਰਿਆ ਕਰੋ। ਜਿਸ ਮੇਰੇ ਵੀਰ ਭਰਾ ਨੂੰ ਹਜੇ ਵੀ ਨਹੀਂ ਪਤਾ ਲੱਗਾ, ਇੱਕ ਵਾਰੀ ਵੀਡੀਓ ਤੁਸੀਂ 2 ਵਾਰੀ ਰਿਪੀਟ ਕਰਕੇ ਜ਼ਰੂਰ ਸੁਣ ਸਕਦੇ ਹੋ, ਬਿਲਕੁਲ ਪ੍ਰੋਪਰ ਢੰਗ ਨਾਲ ਆਪਾਂ ਤੁਹਾਨੂੰ ਦੱਸ ਦਿੱਤਾ ਹੈ। ਬਾਕੀ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੈ, ਸਮਝ ਨਹੀਂ ਆਏਗੀ, ਮੇਰੇ ਕੰਟੈਕਟ ਨੰਬਰ ਦੋਸਤੋ 9815142150 ਹਨ, ਅਤੇ ਜਿਹੜਾ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਿਹੜੀ ਜ਼ਰੂਰ ਦਿਓ ਜੇ, ਰਾਏ ਦੇਣਾ ਨਾ ਭੁੱਲਣਾ। ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਜੀ।